ਡਾਕਟਰ ਪ੍ਰਦੀਪ ਘੋੜਾ ਦੀ ਕਹਾਣੀ ਪ੍ਰੇਰਣਾ ਘੰਟੇ ਪਰ ਦੀ ਖੱਜਲ ਖੁਆਰੀ ਤੋਂ ਬਾਅਦ ਕਿਤੇ ਜਾ ਕੇ ਉਹਨਾਂ ਦਾ ਘਰ ਲੱਭਿਆ ਕਾਲ ਬੈਲ ਦਬਾਈ ਤਾਂ ਇੱਕ ਅੱਧ ਖੜ ਬਹੁਤ ਹੀ ਸਧਾਰਨ ਜੀ ਔਰਤ ਨੇ ਦਰਵਾਜ਼ਾ ਖੋਲ੍ਹਿਆ ਇਹ ਪਰਚੰਡ ਜੀ ਦਾ ਹੀ ਮਕਾਨ ਹੈ ਮੈਂ ਪੁੱਛਿਆ ਹੂੰ ਜੀ ਮੈਂ ਉਹਨਾਂ ਨੂੰ ਮਿਲਣ ਆਈ ਸੀ ਅੰਦਰ ਆ ਜਾਓ ਮੈਂ ਉਹਨਾਂ ਦੀ ਪਤਨੀ ਆ ਕਿਹਾ ਕਿ ਉਹ ਔਰਤ ਮੈਨੂੰ ਅੰਦਰ ਲੈ ਗਈ ਮੈਂ ਹੈਰਾਨ ਸਾਂ ਕਿ ਉਸ ਔਰਤ ਦੇ ਚਿਹਰੇ ਤੇ ਨਾ ਤਾਂ ਕੋਈ ਸਵਾਗਤੀ ਭਾਵ ਸਨ ਤੇ ਨਾ ਹੀ ਉਹਦੀ ਮੇਰੇ 'ਚ ਕੋਈ ਦਿਲਚਸਪੀ ਸੀ ਰਸਮੀ ਪਾਣੀ ਤਾਣੀ ਪੁੱਛਣ ਤੋਂ ਬਾਅਦ ਉਹਨੇ ਨੌਕਰ ਨੂੰ ਚਾਹ ਦੀ ਆਵਾਜ਼ ਦੇ ਦਿੱਤੀ ਕਿੰਨੇ ਖੁਸ਼ਕਿਸਮਤ ਹੋ ਤੁਸੀਂ ਜਿਨ੍ਹਾਂ ਦੇ ਪਤੀ ਐਨੇ ਵੱਡੇ ਕਵੀ ਨੇ ਮੈਂ ਗੱਲ ਸ਼ੁਰੂ ਕਰਨ ਦੇ ਰੌਂਚ ਗਿਆ ਉਹ ਕੁਝ ਨਾ ਬੋਲੀ ਸਿਰਫ ਅੱਖਾਂ ਚਪਕੀਆਂ ਉਹਨੇ ਕੋਲ ਪਿਆ ਰਿਮੋਟ ਚੁੱਕ ਕੇ ਆਵਾਜ਼ ਬੰਦ ਕੀਤੀ ਟੀਵੀ ਨੂੰ ਬਿਲਕੁਲ ਹੀ ਬੰਦ ਕਰਤਾ ਪਰਚੰਡ ਸਾਹਿਬ ਦੀਆਂ ਰਚਨਾਵਾਂ ਚੰਨਤਾ ਦਾ ਦਰਦ ਔਰਤ ਦੀਆਂ ਭਾਵਨਾਵਾਂ ਦੀ ਤਰਜਮਾਨੀ ਅਬਲਾ ਤੇ ਗਰੀਬ ਦੇ ਹੱਕ ਚਾਹ ਦਾ ਨਾਰਾ ਤੁਹਾਨੂੰ ਤੁਸੀਂ ਜਿਨ੍ਹਾਂ ਤੋਂ ਪ੍ਰੇਰਨਾ ਲੈ ਕੇ ਅਜਿਹੀਆਂ ਭਾਵੁਕ ਲਿਖਤਾਂ ਲਿਖਦੇ ਨੇ ਮੈਂ ਉਹਨਾਂ ਨੂੰ ਮਿਲਣ ਹੀ ਆਈਆਂ ਕਿੱਥੇ ਨੇ ਪਰਚੰਡ ਸਾਹਿਬ ਇਸ ਵੇਲੇ ਸ਼ਾਇਦ ਆਪਣੀ ਪ੍ਰੇਰਨਾ ਸਰੋਤ ਕੋਲ ਹੀ ਗਈ ਹੋਣ ਬੜਾ ਪੂਰਾ ਸੂਰਾ ਜਵਾਬ ਸੀ ਪਰ ਪਰ ਮੈਂ ਤਾਂ ਸਮਝਦੀ ਸੀ ਕਿ ਉਹਨਾਂ ਦੇ ਪ੍ਰੇਰਨਾ ਸਰੋਤ ਤੁਸੀਂ ਹੋ ਮੇਰਾ ਭਾਵੇਂ ਕੌਰਤ ਮੈਂ ਗੱਲ ਜਾਰੀ ਰੱਖਣਾ ਚਾਹੁੰਦੀ ਸੀ ਉਹ ਵੀ ਔਰਤ ਹੀ ਹੈ ਕਹਿੰਦੀ ਉਹਨੇ ਮੇਰੇ ਤੋਂ ਛੁਪਾ ਕੇ ਖੜੀ ਜੀ ਚੁੰਨੀ ਦੇ ਪੱਲੇ ਨਾਲ ਅੱਖਾਂ ਪੂੰਝੀਆਂ ਤੇ ਨੌਕਰ ਦੇ ਹੱਥੋਂ ਚਾਹ ਫੜ ਕੇ ਕੱਪ ਮੇਰੇ ਵੱਲ ਵਧਾ ਦਿੱਤਾ ਕਦੋਂ ਤੱਕ ਵਾਪਸ ਆ ਜਾਣਗੇ ਪ੍ਰਚੰਦ ਸਾਹਿਬ ਗੱਲ ਦੀ ਕੋਈ ਸਮਝ ਨਾ ਆਉਂਦੀ ਵੇਖ ਕੇ ਮੈਂ ਗੱਲ ਪੇਟਣ ਦੇ ਇਰਾਦੇ ਨਾਲ ਪੁੱਛਿਆ ਕਹਿ ਨਹੀਂ ਸਕਦੀ ਪਰ 10 ਵਜੇ ਤੋਂ ਪਹਿਲਾਂ ਤਾਂ ਕਦੇ ਘਰ ਆਏ ਨਹੀਂ ਅੱਛਾ ਅਨੀ ਰਾਤ ਤੱਕ ਤਾਂ ਮੈਂ ਨਹੀਂ ਬੈਠ ਸਕਾਂਗੀ ਜੇ ਬੈਠ ਵੀ ਸਕੋ ਤਾਂ ਵੀ ਤੁਹਾਨੂੰ ਕੋਈ ਫਾਇਦਾ ਨਹੀਂ ਹੋਣ ਵਾਲਾ ਕਿਉਂਕਿ ਘਰ ਆਉਣ ਤੋਂ ਪਹਿਲਾਂ ਉਹ ਆਪਣੀ ਦੂਸਰੀ ਪ੍ਰੇਰਣਾ ਸਰੋਤ दारू ਦੀ ਲੋਰ ਚ ਮਸਤ ਹੋ ਕੇ ਆਉਂਦੇ ਨੇ ਨਾਲੇ ਇਸ ਪ੍ਰੇਰਣਾ ਸਰੋਤ ਦੇ ਦੁਆਰੇ ਤਾਂ ਅੱਧੀ ਰਾਤ ਤੱਕ ਖੁੱਲੇ ਰਹਿੰਦੇ ਨੇ ਮੇਰੀ ਤਾਂ ਮਜਬੂਰੀ ਹੈ ਤੁਸੀਂ ਕਦੋਂ ਤੱਕ ਇੰਤਜ਼ਾਰ ਕਰੋਗੇ ਕਹਿ ਕੇ ਉਜੀਬ ਜੀ ਹਾਸੀ ਹਸੀ ਫਿਰ ਅੰਤਾਂ ਦਾ ਦਰਦ ਔਰਤ ਦੀਆਂ ਭਾਵਨਾਵਾਂ ਦੀ ਤਰਜਮਾਨੀ ਅਬਲਾ ਤੇ ਗਰੀਬ ਦੇ ਹੱਕ ਚ ਹਾ ਦਾ ਨਾਰਾ ਮੈਂ ਬੁਰਬੜਾਉਂਦੀ ਹੀ ਉੱਠ ਖੜੋਤੀ ਤੇ ਆਪ ਮੁਹਾਰੇ ਬਾਹਰ ਨੂੰ ਹੋ ਉਤਰੀ ਭਾਈ ਬੀਬਾ ਜਾਣਦੀ ਨਹੀਂ ਹਾਥੀ ਦੇ ਦੰਦ ਖਾਣ ਦੇ ਹੋਰ ਤੇ ਦਿਖਾਉਣ ਦੇ ਹੋਰ ਹੁੰਦੇ ਨੇ ਘਰ ਦੀ ਦਹਲੀਜ਼ ਪਾਰ ਕਰਦੇ ਆ ਉਸ ਅਦਖੜ ਔਰਤ ਦੇ ਹੋ ਕੇ ਹੰਪੇ ਜੀ ਬੋਲ ਮੇਰੇ ਕੰਨੀ ਪਏ ਧੰਨਵਾਦ